ਦਸਵੇਂ ਪਾਤਸ਼ਾਹ ਗੁਰਦੁਆਰਾ ਜੰਡ ਸਾਹਿਬ, ਗੁਰਦੁਆਰਾ ਇਮਲੀ ਸਾਹਿਬ, ਕੀੜੀ ਅਫਗਾਨਾ ਹੁੰਦੇ ਹੋਏ ਫਿਰ ਇਸ ਜਗ੍ਹਾ ਇਸ ਅਸਥਾਨ ਦੇ ਉੱਤੇ ਪਹੁੰਚੇ ਸੀ ਜੀ। ਇਸ ਜਗ੍ਹਾ ਦੇ ਉੱਤੇ ਪਹਿਲਾਂ ਪੂਰਨ ਮਸੰਦ ਦਾ ਘਰ ਹੁੰਦਾ ਸੀ। ਉਹ ਘੋੜਿਆਂ ਦਾ ਵਪਾਰੀ ਸੀ ਅਤੇ ਪਾਤਸ਼ਾਹ ਦਾ ਬਹੁਤ ਵੱਡਾ ਸ਼ਰਧਾਲੂ ਸੀ। ਉਹ ਪਾਤਸ਼ਾਹ ਨੂੰ ਕਹਿੰਦਾ ਹੁੰਦਾ ਸੀ ਵੀ ਮੈਂ ਤੁਹਾਡੇ ਦਰਸ਼ਨ ਕਰਨੇ ਨੇ, ਜਿਹੜੀ ਸੁਨੇਹੇ ਭੇਜਦਾ ਹੁੰਦਾ ਸੀ ਉਹ ਬੰਦਾ। ਪਾਤਸ਼ਾਹ ਇਸ ਪਿੰਡ ਆਏ, ਪਾਤਸ਼ਾਹ ਨੇ ਉਹਦਾ ਕੁੰਡਾ ਖੜਕਾਇਆ। ਥੱਲੇ ਉਹਦਾ ਜਿਉਣਾ ਨੌਕਰ ਅੱਗ ਸੇਕਦਾ ਸੀ, ਉਹਨੇ ਕੁੰਡਾ ਖੋਲ੍ਹਿਆ। ਪਾਤਸ਼ਾਹ ਨੇ ਉਹਨੂੰ ਪੁੱਛਿਆ, ਭਾਈ ਤੇਰਾ ਕੀ ਨਾਂ ਆ? ਉਹ ਕਹਿੰਦਾ ਮੇਰਾ ਨਾਂ ਆ ਜੀ ਜਿਉਣਾ। ਉਹ ਕਹਿੰਦੇ ਵੀ ਪੂਰਨ ਕਿੱਥੇ ਆ? ਉਹ ਕਹਿੰਦਾ ਵੀ ਉੱਪਰ ਆ ਜੀ ਕੋਠੇ 'ਤੇ। ਉਹ ਕਹਿੰਦੇ ਉਹਨੂੰ ਹਾਕ ਮਾਰ, ਉਹਨੂੰ ਕਹਿ ਵੀ ਗੁਰੂ ਗੋਬਿੰਦ ਸਿੰਘ ਆਇਆ ਹੋਇਆ ਆ ਥੱਲੇ। ਉਹ ਗਿਆ ਜਿਉਣਾ, ਜਿਉਣੇ ਨੇ ਜਾ ਕੇ ਉਹਨੂੰ ਕਿਹਾ ਥੱਲੇ ਆਓ, ਅਨੰਦਪੁਰ ਵਾਲਾ ਗੁਰੂ ਆਇਆ ਹੋਇਆ ਆ। ਉਹਦੇ ਤਾਂ ਹੱਥ ਪੈਰ ਫੁੱਲ ਗਏ ਵੀ ਇਹ ਕੀ ਹੋ ਗਿਆ। ਉਹਨੇ ਜਣੀ ਜਿਉਣੇ ਨੂੰ ਕੁੰਡਾ ਹੀ ਨਹੀਂ ਖੋਲ੍ਹਿਆ ਆਪਣਾ। ਉਹ ਜਿਉਣੇ ਨੂੰ ਕਹਿੰਦਾ ਵੀ ਥੱਲਿਓ ਹੀ ਮੋੜ ਦੇ, ਤੂੰ ਉਹਨੂੰ ਕਹਿ ਦੇ ਵੀ ਜੇ ਅਸੀਂ ਦਰਸ਼ਨ ਕਰਨੇ ਹੋਏ ਨਾ ਤਾਂ ਅਸੀਂ ਅਨੰਦਪੁਰ ਆ ਕੇ ਹੀ ਕਰ ਲਾਂਗੇ। ਜਿਉਣਾ ਵਿਚਾਰਾ ਅੱਖਾਂ ਭਰਿਆ ਆ, ਰੋਂਦਾ ਥੱਲੇ ਉਤਰਿਆ। ਪਾਤਸ਼ਾਹ ਕਹਿੰਦੇ ਜਿਉਣਿਆ ਕੀ ਹੋ ਗਿਆ? ਉਹ ਕਹਿੰਦਾ ਪਾਤਸ਼ਾਹ ਤੁਸੀਂ ਐਂ ਕਰੋ ਵੀ ਮੇਰੀ ਛੋਟੀ ਜਿਹੀ ਝੁੱਗੀ ਆ, ਮੈਂ ਤੁਹਾਨੂੰ ਉੱਥੇ ਬਿਠਾ ਸਕਦਾ ਹਾਂ, ਤੁਸੀਂ ਮੇਰੇ ਘਰ ਚੱਲੋ। ਪਾਤਸ਼ਾਹ ਕਹਿੰਦੇ ਜਿਉਣਿਆ ਤੂੰ ਛੱਡ, ਮੈਂ ਸੁਣ ਲਿਆ ਸਾਰਾ ਕੁਛ, ਕੋਈ ਗੱਲ ਨਹੀਂ ਅਸੀਂ ਚੱਲਦੇ ਹਾਂ। ਜਿਉਣਾ ਜਿਹੜੀ ਅੱਗ ਸੇਕ ਰਿਹਾ ਸੀ ਉਹਨੇ ਨੇੜੇ ਟਿੰਡ ਚੱਕੀ, ਟਿੰਡ ਦੇ ਵਿੱਚ ਉਹ ਅੱਗ ਪਾਤੀ। ਕਹਿੰਦਾ ਪਾਤਸ਼ਾਹ ਜੀ ਤੁਸੀਂ ਆ ਮੇਰੇ ਕਹਿਣੇ 'ਤੇ ਆ ਥੋੜ੍ਹੀ ਅੱਗ ਨਾਲ ਲੈ ਜਾਓ ਵੀ ਠੰਡ ਬਹੁਤ ਜ਼ਿਆਦਾ ਆ, ਵੀ ਕੁਛ ਸਮਾਂ ਤਾਂ ਇਹ ਕੱਢੂਗੀ। ਅਤੇ ਜਿਹੜੀ ਟਿੰਡ ਦਾ ਸਿਰਾਣਾ ਲਾ ਕੇ ਪਾਤਸ਼ਾਹ ਮਾਛੀਵਾੜਾ ਸਾਹਿਬ ਦੇ ਜੰਗਲ ਵਿੱਚ ਕੁਛ ਦੇਰ ਲੇਟੇ ਸੀਗੇ ਨਾ ਜੀ, ਉਹ ਜਿਹੜੀ ਟਿੰਡ ਸੀਗੀ ਉਹ ਜਿਉਣੇ ਨੇ ਇਸ ਜਗ੍ਹਾ ਤੋਂ ਦਸਵੇਂ ਪਾਤਸ਼ਾਹ ਨੂੰ ਦਿੱਤੀ ਸੀਗੀ ਜੀ। ਬਹੁਤ ਵੱਡਾ ਇਤਿਹਾਸ ਆ ਜੀ ਆਪਣਾ, ਬਹੁਤ ਵੱਡੀ ਕੁਰਬਾਨੀ ਆ ਸਾਡੇ ਪਾਤਸ਼ਾਹ ਦੀ ਜੀ। ਆਪਾਂ ਨੂੰ ਆਪਣੇ ਬੱਚਿਆਂ ਨਾਲ ਇਹਨਾਂ ਸਥਾਨਾਂ ਦੇ ਉੱਤੇ ਆਉਣਾ ਚਾਹੀਦਾ, ਦਰਸ਼ਨ ਕਰਨੇ ਚਾਹੀਦੇ ਨੇ ਜੀ। ਆਪਾਂ ਜੀ ਹੁਣ ਗੁਰਦੁਆਰਾ ਕਲਗੀਧਰ ਸਾਹਿਬ ਦੇ ਦਰਸ਼ਨ ਕਰ ਲਏ ਜੀ। ਹੁਣ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਝਾੜ ਸਾਹਿਬ ਦੇ। ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਵਿੱਚ, ਬਿਨਾਂ ਸਕਿੱਪ ਕੀਤੇ ਸਾਰੀ ਵੀਡੀਓ ਦੇਖਿਓ। ਵੀਡੀਓ ਕਿਵੇਂ ਲੱਗ ਰਹੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਦੱਬਣਾ ਨਾ ਭੁੱਲਿਓ। ਹੁਣ ਆਪਾਂ ਆ ਪਹੁੰਚੇ ਹਾਂ ਜੀ ਗੁਰਦੁਆਰਾ ਝਾੜ ਸਾਹਿਬ ਵਿਖੇ ਜੀ। ਬਹਿਲੋਲਪੁਰ ਤੋਂ ਹੁੰਦੇ ਹੋਏ ਪਾਤਸ਼ਾਹ ਜਿਉਣੇ ਵੱਲੋਂ ਦਿੱਤੀ ਗਈ ਟਿੰਡ, ਜਿਹਦੇ ਵਿੱਚ ਪਾਤਸ਼ਾਹ ਨੂੰ ਅੱਗ ਪਾ ਕੇ ਦਿੱਤੀ ਸੀ ਉਹਨੇ ਵੀ ਪਾਤਸ਼ਾਹ ਕੁਛ ਸਮਾਂ ਤਾਂ ਇਹ ਅੱਗ ਤੁਹਾਡਾ ਸਾਥ ਦਊਗੀ, ਕਿਉਂਕਿ ਠੰਡ ਦਾ ਸਮਾਂ ਬਹੁਤ ਜ਼ਿਆਦਾ ਸੀਗਾ। ਅਤੇ ਉਹ ਲੈ ਕੇ ਟਿੰਡ ਪਾਤਸ਼ਾਹ ਫਿਰ ਇਸ ਸਥਾਨ ਦੇ ਉੱਤੇ ਪਹੁੰਚੇ ਸਨ ਜੀ, ਗੁਰਦੁਆਰਾ ਝਾੜ ਸਾਹਿਬ ਜੀ। ਉਹ ਸਾਹਮਣੇ ਕੜਾਹ ਪ੍ਰਸ਼ਾਦ ਮਿਲਦਾ ਜੀ ਇਸ ਜਗ੍ਹਾ ਤੋਂ ਜੀ। ਅਤੇ ਇਹ ਅਸਥਾਨ ਆ ਜੀ, ਉਵੇਂ ਹੀ ਪੁਰਾਣਾ ਸਥਾਨ ਸਾਂਭਿਆ ਹੋਇਆ ਜੀ। ਆ ਜਾਓ ਆਪਾਂ ਇਸ ਸਥਾਨ ਦੇ ਅੰਦਰ ਤੋਂ ਵੀ ਦਰਸ਼ਨ ਕਰਦੇ ਹਾਂ ਜੀ, ਪਾਤਸ਼ਾਹ ਦੇ ਉਸ ਸਮੇਂ ਨੂੰ ਯਾਦ ਕਰਦੇ ਹਾਂ, ਮਹਿਸੂਸ ਕਰਦੇ ਹਾਂ ਜੀ। ਇਹ ਅਸਥਾਨ ਆ ਜੀ, ਆ ਜਾਓ ਚੱਲਦੇ ਅੰਦਰ ਨੂੰ ਜੀ।
इस जगह का पुरातन नाम चोड़पुर हुंदा सी। चमकौर साहिब तो हुंदे हुए पातशाह इस स्थान उत्ते पुजे। इत्थे एक बहुत वड्डा झाड़ दा रुख सी। पातशाह उस थले बैठे कुछ देर आराम कीता ते जिस करके इस स्थान दा नाम गुरुद्वारा झाड़ साहिब पै गया जी। गुरुद्वारा साहिब के बिच बनया होया जी लंगर हाल, जिथे असी अपनी लोड अनुसार प्रशादा पानी छक सकते हो जी। इस स्थान उत्ते ना संत बाबा प्यारा सिंह जी का स्थान भी बनया होया है जी। आजो आपां उस स्थान के दर्शन भी करते हैं जी। इतिहासक खूही आ वह भी आपां देखते हैं जी। जिहड़े संत बाबा प्यारा सिंह जी सीगे जी, इन्होंने कई गुरद्वारा साहिब जी का निर्माण किया आ। गुरद्वारा कटाणा साहिब, गुरद्वारा कतलगढ़ साहिब और होर अनेक गुरद्वारा साहिब का जी निर्माण करवाया सीगा जी। आजो हुण आपां चलदे अंदर नूं जी, करदे हां गुरद्वारा साहिब दे अंदर तों दर्शन जी। हुण आपां दर्शन कर ले जी गुरद्वारा झाड़ साहिब दे, अते इस नाल ही आपां चमकौर साहिब दे सारे प्रमुख इतिहासिक स्थानां दी वीडियोज़ बना चुके हाँ। साडे चैनल ते पईआं हन, तुसीं जाके देख सकते हो। अते आउण वाली वीडियोज़ दे विच आपां माछीवाड़ा साहिब दे प्रमुख इतिहासिक स्थान अते सचखंड श्री हजूर साहिब दे दर्शन करांगे। बने रहियो साडे नाल। वीडियो किवें लगी कमेंट करके जरूर दस्यो। वीडियो नूं लाइक कर दिओ, चैनल सब्सक्राइब कर दिओ अते बैल आइकन दबना ना भुलिओ जी। वाहिगुरू जी का खालसा, वाहिगुरू जी की फतेह जी।